ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ, ਹਰ ਘਰ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੁੰਦਾ ਵੈ, ਲੋਕ ਵਧੀਆ ਵਧੀਆ ਚੀਜ਼ਾਂ ਬਣਾਉਂਦੇ ਖਾਣ ਪੀਣ ਵਾਸਤੇ ਤੇ ਸੋਚਦੇ ਕਿ ਇਸ ਸਾਲ ਅਸੀਂ ਕੀ ਕਰਨਾ। ਖਾਸ ਕਰ 31 ਤਰੀਕ ਦੀ ਗੱਲ ਕਰੀਏ ਤਾਂ ਹਰ ਪਾਸੇ ਜਸ਼ਨ ਦਾ ਮਾਹੌਲ ਸੀ, ਘਰਾਂ ਵਿੱਚ ਖੁਸ਼ੀਆਂ ਸੀ, ਲੇਕਿਨ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਦੇ ਇੱਕ ਘਰ ਵਿੱਚ ਦੁੱਖ ਦਾ ਮਾਹੌਲ ਸੀ। ਕਾਰਨ ਕੀ ਸੀਗਾ ਕਿ ਕਰਜ਼ੇ ਨੂੰ ਲੈ ਕੇ ਘਰ ਵਿੱਚ ਟੈਨਸ਼ਨ ਚੱਲਦੀ ਪਈ ਸੀਗੀ ਤੇ ਘਰ ਦੇ 5 ਜੀ ਜਿਹੜੇ ਕਿ ਹੁਣ ਉਹ ਦੁਨੀਆ 'ਚ ਨਹੀਂ ਰਹੇ, ਕਿਉਂਕਿ 4 ਦਾ ਜਿਹੜਾ ਕਿ ਗੱਲ ਘੋਟ ਕੇ ਜਿਹੜੀ ਕਿ ਮੌਤ ਕਰ ਦਿੱਤੀ ਗਈ ਤੇ ਘਰ ਦਾ ਜਿਹੜਾ ਮੁਖੀ ਸੀਗਾ ਉਹਨੇ ਜਿਹੜੇ ਕਿ ਫਾਂਸੀ ਦਾ ਫੰਦਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਤੁਹਾਨੂੰ ਦੱਸ ਦੇ ਕਿ ਇੱਕ ਫਿਲਮ ਬਣਾਉਣ ਨੂੰ ਲੈ ਕੇ ਜਿਹੜਾ ਕਿ ਇਹ ਕਰਜ਼ਾ ਚੱਕਿਆ ਹੋਇਆ ਸੀਗਾ, ਸ਼ਾਰਟ ਫਿਲਮ ਬਣਾਈ ਜਾ ਰਹੀ ਸੀਗੀ ਤੇ ਫਿਲਮ ਨਹੀਂ ਚੱਲੀ, ਜਿਸ ਤੋਂ ਬਾਅਦ ਜਿਹੜੇ ਕਿ ਪੈਸੇ ਡੁੱਬ ਗਏ ਸੀਗੇ। ਪੁੱਤ ਆਸਟ੍ਰੇਲੀਆ ਬੈਠਾ ਹੋਇਆ ਵੈ ਤੇ ਜਦੋਂ ਜਵਾਈ ਆਪਣੀ ਘਰਦੀ ਨੂੰ ਫੋਨ ਕਰ ਰਿਹਾ ਸੀ ਤਾਂ ਲਗਾਤਾਰ ਜਦੋਂ ਫੋਨ ਟਰਾਈ ਕਰ ਰਿਹਾ ਸੀ ਤਾਂ ਫੋਨ ਨਹੀਂ ਚੱਕਿਆ ਗਿਆ, ਜਿਸ ਤੋਂ ਬਾਅਦ ਜਦੋਂ ਘਰ ਆਉਂਦਾ ਤਾਂ ਦੇਖਦਾ ਕਿ ਉਹਨਾਂ ਦੇ ਜਿਹੜੇ ਸਹੁਰੇ ਸੀਗੇ ਉਹ ਜਿਹੜੇ ਪੰਖੇ ਤੋਂ ਲਟਕੇ ਹੋਏ ਆ, ਉਹਨਾਂ ਦੀ ਘਰ ਦੀ ਜਿਹੜੀ ਕੀ ਹੈ ਬੈੱਡ ਤੇ ਪਈ ਹੋਈ ਹੈ, ਉਹਨਾਂ ਦੀ ਸਾਲੀ, ਉਹਨਾਂ ਦੀ ਸੱਸ ਤੇ 3 ਸਾਲ ਦੀ ਕੁੜੀ, ਮਾਸੂਮ ਇੱਕ ਕੁੜੀ ਜਿਹਨੂੰ ਪਤਾ ਹੀ ਨਹੀਂ ਘਰ ਵਿੱਚ ਕੀ ਚੱਲਦਾ ਪਿਆ, ਕੀ ਹੋ ਰਿਹਾ ਵੈ, ਉਹਦੀ ਜਿਹੜੀ ਕਿ ਲਾਸ਼ ਪਈ ਹੋਈ ਸੀ। ਕਿਉਂਕਿ ਪੁਲਿਸ ਨੇ ਜਦੋਂ ਪਹਿਲੀ ਜਿਹੜੀ ਕਿ ਤਫਤੀਸ਼ 'ਚ ਇਹੀ ਚੀਜ਼ ਸਾਹਮਣੇ ਆ ਰਹੀ ਸੀ ਕਿ ਜਿਹੜੇ ਗਲੇ ਤੇ ਜਿਹੜੇ ਕਿ ਹੱਥ ਦੇ ਨਿਸ਼ਾਨ ਨਜ਼ਰ ਆ ਰਹੇ ਸੀਗੇ ਤੇ ਸਾਫ਼ ਤੌਰ ਤੋਂ ਪਤਾ ਲੱਗ ਰਿਹਾ ਕਿ ਗੱਲ ਘੋਟ ਕੇ ਮਾਰਿਆ ਗਿਆ ਵੈ। ਉਸ ਤੋਂ ਇਲਾਵਾ ਜਿਹੜਾ ਘਰ ਦਾ ਮੁਖੀ ਸੀਗਾ ਉਹਨੇ ਜਿਹੜੀ ਕਿ ਪੰਖੇ ਤੋਂ ਲਟਕ ਕੇ ਆਪਣੀ ਜਾਨ ਦਿੱਤੀ ਆ, ਅਸੀਂ ਇਸ ਸਮੇਂ ਮੋਰਚਰੀ ਦੇ ਬਾਹਰ ਖੜੇ ਜਿੱਥੋਂ ਕਿ 5 ਦੇ 5 ਸ਼ਵ ਇਸ ਵਕਤ ਅੰਦਰ ਪਏ ਹੋਏ, ਕਿਉਂਕਿ ਥੋੜੀ ਦੇਰ 'ਚ ਜਿਹੜਾ ਕਿ ਆ ਇਹਨਾਂ ਦਾ ਪੋਸਟਮਾਰਟਮ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਕਿ ਚੀਜ਼ਾਂ ਨਿਕਲ ਕੇ ਸਾਹਮਣੇ ਆਊਗੀ। ਅਪਡੇਟ ਨੂੰ ਗੱਲ ਅਸੀਂ ਗੱਲ ਕਰੀਏ ਤੇ SSP ਜਲੰਧਰ ਮੁਖਵਿੰਦਰ ਸਿੰਘ ਭੁੱਲਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਜਿਹੜਾ ਉਹਨਾਂ ਦਾ ਪੁੱਤ ਆਸਟ੍ਰੇਲੀਆ ਬੈਠਾ ਹੋਇਆ ਵੈ ਉਹਦੇ ਨਾਲ ਜਿਹੜੀ ਕਿ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਉਹਨੂੰ ਜਿਹੜੀ ਕਿ ਹੋਰ ਜਾਣਕਾਰੀ ਅਸੀਂ ਲੈ ਸਕੀਏ। ਉਸ ਤੋਂ ਇਲਾਵਾ ਤੁਹਾਨੂੰ ਦੱਸਦਾ ਕਿ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਜਿਸ ਤੇ ਸਾਫ਼ ਤੌਰ ਤੇ ਲਿਖਿਆ ਹੋਇਆ ਕਿ ਕਿਹਦੇ ਜਿਹੜੇ ਕਿ ਕਿੰਨੇ ਪੈਸੇ ਦੇਣੇ ਆ ਤੇ ਕੁਝ ਕਿਤੇ ਜਿਹੜੇ ਕਿ ਪੈਸੇ ਵੀ ਰੱਖੇ ਗਏ ਕਿ ਇੰਨੀ ਕਿਸ਼ਤ ਜਿਹੜੀ ਕੀ ਹੈ ਉਹਨਾਂ ਨੂੰ ਜਿਹੜੀ ਕਿ ਦੇ ਦਿੱਤੀ ਜਾਵੇ। ਪਰ ਹੁਣ ਇੱਕ ਵੱਡਾ ਸਵਾਲ ਇਹ ਹੈ ਕਿ ਪੈਸੇ ਕਰਕੇ ਇੰਨਾ ਖੌਫਨਾਕ ਕਦਮ ਚੱਕਣਾ ਕੀ ਸਹੀ ਸੀਗਾ ਕਿ ਨਵੇਂ ਸਾਲ ਜਦੋਂ ਸ਼ੁਰੂ ਹੋਣਾ ਸੀਗਾ ਤੇ ਪੂਰੇ ਘਰ ਨੂੰ ਹੀ ਖਤਮ ਕਰ ਦਿੱਤਾ ਤੇ ਉਹ 3 ਸਾਲ ਦੀ ਬੱਚੀ ਜਿਹਨੂੰ ਗੱਲ ਦਾ ਪਤਾ ਹੀ ਨਹੀਂ ਹੈ ਕਿ ਹੋਇਆ ਕੀ ਨਹੀਂ ਹੋਇਆ ਵੈ ਉਹਨੂੰ ਵੀ ਜਿਹੜਾ ਕਿ ਗੱਲ ਘੋਟ ਕੇ ਮਾਰ ਦਿੱਤਾ ਗਿਆ ਵੈ ਤੇ ਹੁਣ ਘਰ ਵਿੱਚ ਜਵਾਈ ਕੱਲਾ ਰੋ ਰੋ ਕੇ ਬੁਰਾ ਹਾਲ ਹੈ ਤੇ ਸ਼ਾਇਦ ਕਿਤੇ ਨਾ ਕਿਤੇ ਹੁਣ ਜਿਹੜਾ ਪੁੱਤ ਆਸਟ੍ਰੇਲੀਆ ਬੈਠਾ ਵੈ ਉਹਦੇ ਤੱਕ ਵੀ ਇਹ ਜਾਣਕਾਰੀ ਜਿਹੜੀ ਕਿ ਪਹੁੰਚ ਚੁੱਕੀ ਹੋਊਗੀ ਕਿ ਮੇਰਾ ਪੂਰਾ ਘਰ ਖਤਮ ਹੋ ਚੁੱਕਾ ਵੈ ਤੇ ਉਹਦੇ ਤੇ ਵੀ ਕੀ ਬੀਤਰੀ ਹੋਊਗੀ ਇਹ ਵੀ ਜਿਹੜਾ ਕਿ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਇੰਤਜ਼ਾਰ ਜਿਹੜਾ ਹੈਗਾ ਵੈ ਪੋਸਟਮਾਰਟਮ ਰਿਪੋਰਟ ਦਾ ਵੈ, ਕੁਝ ਦੇਰ 'ਚ ਪੋਸਟਮਾਰਟਮ ਰਿਪੋਰਟ ਵੀ ਆ ਜਾਊਗੀ ਤੇ ਉਸ ਤੋਂ ਬਾਅਦ ਅੱਗੇ ਦੀ ਜਿਹੜੀ ਅਪਡੇਟ ਹੋਊਗੀ ਤੁਹਾਡੇ ਨਾਲ ਜਿਹੜੀ ਕੀ ਹੈ ਜਲਦ ਸਾਂਝੀ ਕਰਾਂਗੇ। ਕੈਮਰਾਮੈਨ ਸਵਦੇਸ਼ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਜਲੰਧਰ। ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ, ਹਰ ਘਰ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੁੰਦਾ ਵੈ, ਲੋਕ ਵਧੀਆ ਵਧੀਆ ਚੀਜ਼ਾਂ ਬਣਾਉਂਦੇ ਖਾਣ ਪੀਣ ਵਾਸਤੇ ਤੇ ਸੋਚਦੇ ਕਿ ਇਸ ਸਾਲ ਅਸੀਂ ਕੀ ਕਰਨਾ। ਖਾਸ ਕਰ 31 ਤਰੀਕ ਦੀ ਗੱਲ ਕਰੀਏ ਤਾਂ ਹਰ ਪਾਸੇ ਜਸ਼ਨ ਦਾ ਮਾਹੌਲ ਸੀ, ਘਰਾਂ ਵਿੱਚ ਖੁਸ਼ੀਆਂ ਸੀ, ਲੇਕਿਨ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਦੇ ਇੱਕ ਘਰ ਵਿੱਚ ਦੁੱਖ ਦਾ ਮਾਹੌਲ ਸੀ। ਕਾਰਨ ਕੀ ਸੀਗਾ ਕਿ ਕਰਜ਼ੇ ਨੂੰ ਲੈ ਕੇ ਘਰ ਵਿੱਚ ਟੈਨਸ਼ਨ ਚੱਲਦੀ ਪਈ ਸੀਗੀ ਤੇ ਘਰ ਦੇ 5 ਜੀ ਜਿਹੜੇ ਕਿ ਹੁਣ ਉਹ ਦੁਨੀਆ 'ਚ ਨਹੀਂ ਰਹੇ, ਕਿਉਂਕਿ 4 ਦਾ ਜਿਹੜਾ ਕਿ ਗੱਲ ਘੋਟ ਕੇ ਜਿਹੜੀ ਕਿ ਮੌਤ ਕਰ ਦਿੱਤੀ ਗਈ ਤੇ ਘਰ ਦਾ ਜਿਹੜਾ ਮੁਖੀ ਸੀਗਾ ਉਹਨੇ ਜਿਹੜੇ ਕਿ ਫਾਂਸੀ ਦਾ ਫੰਦਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਤੁਹਾਨੂੰ ਦੱਸ ਦੇ ਕਿ ਇੱਕ ਫਿਲਮ ਬਣਾਉਣ ਨੂੰ ਲੈ ਕੇ ਜਿਹੜਾ ਕਿ ਇਹ ਕਰਜ਼ਾ ਚੱਕਿਆ ਹੋਇਆ ਸੀਗਾ, ਸ਼ਾਰਟ ਫਿਲਮ ਬਣਾਈ ਜਾ ਰਹੀ ਸੀਗੀ ਤੇ ਫਿਲਮ ਨਹੀਂ ਚੱਲੀ, ਜਿਸ ਤੋਂ ਬਾਅਦ ਜਿਹੜੇ ਕਿ ਪੈਸੇ ਡੁੱਬ ਗਏ ਸੀਗੇ। ਪੁੱਤ ਆਸਟ੍ਰੇਲੀਆ ਬੈਠਾ ਹੋਇਆ ਵੈ ਤੇ ਜਦੋਂ ਜਵਾਈ ਆਪਣੀ ਘਰਦੀ ਨੂੰ ਫੋਨ ਕਰ ਰਿਹਾ ਸੀ ਤਾਂ ਲਗਾਤਾਰ ਜਦੋਂ ਫੋਨ ਟਰਾਈ ਕਰ ਰਿਹਾ ਸੀ ਤਾਂ ਫੋਨ ਨਹੀਂ ਚੱਕਿਆ ਗਿਆ, ਜਿਸ ਤੋਂ ਬਾਅਦ ਜਦੋਂ ਘਰ ਆਉਂਦਾ ਤਾਂ ਦੇਖਦਾ ਕਿ ਉਹਨਾਂ ਦੇ ਜਿਹੜੇ ਸਹੁਰੇ ਸੀਗੇ ਉਹ ਜਿਹੜੇ ਪੰਖੇ ਤੋਂ ਲਟਕੇ ਹੋਏ ਆ, ਉਹਨਾਂ ਦੀ ਘਰ ਦੀ ਜਿਹੜੀ ਕੀ ਹੈ ਬੈੱਡ ਤੇ ਪਈ ਹੋਈ ਹੈ, ਉਹਨਾਂ ਦੀ ਸਾਲੀ, ਉਹਨਾਂ ਦੀ ਸੱਸ ਤੇ 3 ਸਾਲ ਦੀ ਕੁੜੀ, ਮਾਸੂਮ ਇੱਕ ਕੁੜੀ ਜਿਹਨੂੰ ਪਤਾ ਹੀ ਨਹੀਂ ਘਰ ਵਿੱਚ ਕੀ ਚੱਲਦਾ ਪਿਆ, ਕੀ ਹੋ ਰਿਹਾ ਵੈ, ਉਹਦੀ ਜਿਹੜੀ ਕਿ ਲਾਸ਼ ਪਈ ਹੋਈ ਸੀ। ਕਿਉਂਕਿ ਪੁਲਿਸ ਨੇ ਜਦੋਂ ਪਹਿਲੀ ਜਿਹੜੀ ਕਿ ਤਫਤੀਸ਼ 'ਚ ਇਹੀ ਚੀਜ਼ ਸਾਹਮਣੇ ਆ ਰਹੀ ਸੀ ਕਿ ਜਿਹੜੇ ਗਲੇ ਤੇ ਜਿਹੜੇ ਕਿ ਹੱਥ ਦੇ ਨਿਸ਼ਾਨ ਨਜ਼ਰ ਆ ਰਹੇ ਸੀਗੇ ਤੇ ਸਾਫ਼ ਤੌਰ ਤੋਂ ਪਤਾ ਲੱਗ ਰਿਹਾ ਕਿ
ਗੱਲ ਘੋਟ ਕੇ ਮਾਰਿਆ ਗਿਆ ਵਾ। ਉਸ ਤੋਂ ਇਲਾਵਾ ਜਿਹੜਾ ਘਰ ਦਾ ਮੁਖੀ ਸੀਗਾ ਉਹਨੇ ਜਿਹੜੀ ਕਿ ਪੰਖੇ ਤੋਂ ਲਟਕ ਕੇ ਆਪਣੀ ਜਾਨ ਦਿੱਤੀ ਹੈ। ਅਸੀਂ ਇਸ ਸਮੇਂ ਮੋਰਚਰੀ ਦੇ ਬਾਹਰ ਖੜੇ ਜਿੱਥੋਂ ਕਿ 5 ਦੇ 5 ਸ਼ਵ ਇਸ ਵਕਤ ਅੰਦਰ ਪਏ ਹੋਏ, ਕਿਉਂਕਿ ਥੋੜੀ ਦੇਰ ਚ ਜਿਹੜਾ ਕੀ ਆ ਇਹਨਾਂ ਦਾ ਪੋਸਟਮਾਰਟਮ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਕਿ ਚੀਜ਼ਾਂ ਨਿਕਲ ਕੇ ਸਾਹਮਣੇ ਆਊਗੀ। ਅਪਡੇਟ ਨੂੰ ਅਸੀਂ ਗੱਲ ਕਰੀਏ ਤੇ SSP ਜਲੰਧਰ ਮੁਖਵਿੰਦਰ ਸਿੰਘ ਭੁੱਲਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਜਿਹੜਾ ਉਹਨਾਂ ਦਾ ਪੁੱਤ ਆਸਟ੍ਰੇਲੀਆ ਬੈਠਾ ਹੋਇਆ ਵਾ ਉਹਦੇ ਨਾਲ ਜਿਹੜੀ ਕਿ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਉਹਨੂੰ ਜਿਹੜੀ ਕਿ ਹੋਰ ਜਾਣਕਾਰੀ ਅਸੀਂ ਲੈ ਸਕੀਏ। ਉਸ ਤੋਂ ਇਲਾਵਾ ਤੁਹਾਨੂੰ ਦੱਸਦਾ ਕਿ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਜਿਸ ਤੇ ਸਾਫ਼ ਤੌਰ ਤੇ ਲਿਖਿਆ ਹੋਇਆ ਕਿ ਕਿਹਦੇ ਜਿਹੜੇ ਕਿ ਕਿੰਨੇ ਪੈਸੇ ਦੇਣੇ ਆ ਤੇ ਕੁਝ ਕਿਤੇ ਜਿਹੜੇ ਕਿ ਪੈਸੇ ਵੀ ਰੱਖੇ ਗਏ ਕਿ ਇੰਨੀ ਕਿਸ਼ਤ ਜਿਹੜੀ ਕੀ ਹੈ ਉਹਨਾਂ ਨੂੰ ਜਿਹੜੀ ਕਿ ਦੇ ਦਿੱਤੀ ਜਾਵੇ। ਪਰ ਹੁਣ ਇੱਕ ਵੱਡਾ ਸਵਾਲ ਇਹ ਹੈ ਕਿ ਪੈਸੇ ਕਰਕੇ ਇੰਨਾ ਖੌਫਨਾਕ ਕਦਮ ਚੱਕਣਾ ਕਿ ਸਹੀ ਸੀਗਾ ਕਿ ਨਵੇਂ ਸਾਲ ਜਦੋਂ ਸ਼ੁਰੂ ਹੋਣਾ ਸੀਗਾ ਤੇ ਪੂਰੇ ਘਰ ਨੂੰ ਹੀ ਖਤਮ ਕਰ ਦਿੱਤਾ ਤੇ ਉਹ 3 ਸਾਲ ਦੀ ਬੱਚੀ ਜਿਹਨੂੰ ਗੱਲ ਦਾ ਪਤਾ ਹੀ ਨਹੀਂ ਹੈ ਕਿ ਹੋਇਆ ਕੀ ਨਹੀਂ ਹੋਇਆ ਵਾ ਉਹਨੂੰ ਵੀ ਜਿਹੜਾ ਕਿ ਗੱਲ ਘੋਟ ਕੇ ਮਾਰ ਦਿੱਤਾ ਗਿਆ ਵਾ ਤੇ ਹੁਣ ਘਰ ਵਿੱਚ ਜਵਾਈ ਕੱਲਾ ਰੋ ਰੋ ਕੇ ਬੁਰਾ ਹਾਲ ਹੈ ਤੇ ਸ਼ਾਇਦ ਕਿਤੇ ਨਾ ਕਿਤੇ ਹੁਣ ਜਿਹੜਾ ਪੁੱਤ ਆਸਟ੍ਰੇਲੀਆ ਬੈਠਾ ਵਾ ਉਹਦੇ ਤੱਕ ਵੀ ਇਹ ਜਾਣਕਾਰੀ ਜਿਹੜੀ ਕਿ ਪਹੁੰਚ ਚੁੱਕੀ ਹੋਊਗੀ ਕਿ ਮੇਰਾ ਪੂਰਾ ਘਰ ਖਤਮ ਹੋ ਚੁੱਕਾ ਵਾ ਤੇ ਉਹਦੇ ਤੇ ਵੀ ਕੀ ਬੀਤਰੀ ਹੋਊਗੀ ਇਹ ਵੀ ਜਿਹੜਾ ਕਿ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਇੰਤਜ਼ਾਰ ਜਿਹੜਾ ਹੈਗਾ ਵਾ ਪੋਸਟਮਾਰਟਮ ਰਿਪੋਰਟ ਦਾ ਵਾ, ਕੁਝ ਦੇਰ 'ਚ ਪੋਸਟਮਾਰਟਮ ਰਿਪੋਰਟ ਵੀ ਆ ਜਾਊਗੀ ਤੇ ਉਸ ਤੋਂ ਬਾਅਦ ਅੱਗੇ ਦੀ ਜਿਹੜੀ ਅਪਡੇਟ ਹੋਊਗੀ ਤੁਹਾਡੇ ਨਾਲ ਜਿਹੜੀ ਕਿ ਹੈ ਜਲਦ ਸਾਂਝੀ ਕਰਾਂਗੇ। ਕੈਮਰਾਮੈਨ ਸਵਦੇਸ਼ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਜਲੰਧਰ।